ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਗੱਲਬਾਤ ਕਰਦੇ ਹਾਂ ਜੀ ਭਾਰਤ ਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਤਾ ਪਹਿਲੇ ਕੁਵਾਰੀ ਨਜ਼ਰ ਮਾਰਾਂਗੇ ਜੀ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਵਿੱਤ ਮੰਤਰੀ ਦਾ ਆਰਥਿਕ ਪੈਕੇਜ ਕਰੋਨਾ ਪ੍ਰਭਾਵਿਤ ਖੇਤਰਾਂ ਲਈ ਕੀਤੇ ਅਹਿਮ ਐਲਾਨ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਤਾਰ ਕੇਂਦਰ ਸਰਕਾਰ ਨੇ ਪੀਐਫ ਨੂੰ ਲੈ ਕੇ ਦਿੱਤੀ ਵੱਡੀ ਰਾਹਤ ਵਿਦਿਆਰਥੀਆਂ ਲਈ ਅਹਿਮ ਖਬਰ ਪੰਜਾਬ ਸਕੂਲ ਸਿੱਖਿਆ ਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਸਸਤਾ ਹੋ ਗਿਆ ਖਾਣਾ ਪਕਾਉਣ ਵਾਲਾ ਤੇਲ ਸਰੋਂ ਦੇ ਤੇਲ ਸਮੇਤ ਸਭ ਦੀਆਂ ਕੀਮਤਾਂ ਘਟੀਆਂ ਜਾਨੋ ਦੇਸ਼ ਵਿੱਚ ਅਗਲੇ 5 ਦਿਨ ਕਿਵੇਂ ਰਹੇਗਾ ਮੌਸਮ ਪੰਜਾਬ ਚ ਮਾਨਸੂਨ ਕਦੋਂ ਦੇਵੇਗਾ ਦਸਤਕਤ ਕੇਜਰੀਵਾਲ ਦਾ ਵੱਡਾ ਐਲਾਨ ਪੰਜਾਬ ਚ ਸਰਕਾਰ ਬਣ ਤੇ ਆਮ ਆਦਮੀ ਪਾਰਟੀ ਦੇਵੇਗੀ ਮੁਫਤ ਬਿਜਲੀ ਭਾਰਤ ਲਈ ਝੜਕਾ ਕੋਵਿਡ ਸ਼ੀਲਡ ਲਗਾਉਣ ਵਾਲਿਆਂ ਨੂੰ ਲਬਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ ਬੇਲੇ ਮਲਾਜਮਾਂ ਨੂੰ ਜੁਲਾਈ ਦੀ ਤਨਖਾਹ ਵਧੀ ਹੋਈ ਮਿਲੇਗੀ ਦੇਨੂ ਪ੍ਰਸ਼ਾਦ ਲੋਕ ਅਦਾਲਤ ਖੋਲਣ ਨਾਲ ਸੰਬੰਧਿਤ ਕੇਸਾਂ ਦੀ ਹੋਵੇਗੀ ਸੁਣਵਾਈ 1 ਜੁਲਾਈ ਨੂੰ ਸ਼ੁਰੂ ਹੋਵੇਗੀ ਜ਼ਿਲ੍ਹਾ ਅਦਾਲਤ ਪੀਆਰਟੀਸੀ ਪੰਜਾਬ ਰੋਡ ਵੇਚ ਤੇ ਪੰਨ ਵਸਦੇ ਹਜ਼ਾਰਾਂ ਕਾਮੇ ਹੜਤਾਲ ਤੇ ਸੈਂਕੜੇ ਬੱਸਾਂ ਦੇ ਪਹੀਏ ਰੁਕੇ ਲਾਲ ਕਿਲਾ ਹਿੰਸਾ ਇੱਕ ਲੱਖ ਦਾ ਇਨਾਮੇ ਗਜੋਦ ਸਿੰਘ ਅੰਮ੍ਰਿਤਸਰ ਤੋਂ ਗ੍ਰਿਫਤਾਰ ਦਿੱਲੀ ਪੁਲਿਸ ਨੇ ਕੀਤੀ ਕਾਰਵਾਈ कोरोना काल وچ امریکہ ਤੋਂ ਕੁਇਟ ਨੇ ਰਿਪੋਰਟ ਕੀਤੀ 4000 ਭਾਰਤੀ ਪੰਜਾਬ وچ করোনা ਵਜਿ 271 ਨਵੇਂ ਮਾਮਲੇ ਇਹਨੇ ਮਰੀਜ਼ਾਂ ਦੀ ਹੋਈ ਮੌਤ ਤਾਂ ਦੋਸਤੋ ਇਸ ਹੀ ਸਮੇਂ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਾਂਗੇ ਜੇ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਨਿੱਕੀ ਜੀ ਤੁਹਾਡੇ ਕੋਲ ਇੱਕ ਰਿਕਵੈਸਟ ਹੈ ਜੀ ਕਿ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਘੰਟੀ ਦੇ ਬਟਨ ਨੂੰ ਜਰੂਰ ਦਬਲੋ ਤਾਂ ਜਿਹੜੀਆਂ ਅਸੀਂ ਖਬਰਾਂ ਪਾਇਆ ਕਰਨਗੇ ਉਹਦੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਊਗੀ ਕਿਉਂਕਿ ਅਸੀਂ ਆਪਣੇ ਚੈਨਲ ਤੇ ਵੇਖਿਆ ਸੀਗਾ ਕਿ ਹਜੇ ਤੱਕ 70% ਲੋਕ ਆਪਣੀਆਂ ਖਬਰਾਂ ਤਾਂ ਦੇਖ ਰਹੇ ਪਰ ਉਹਨਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਜਲਦ ਤੋਂ ਜਲਦੀ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਓ ਤੇ ਨਾਲ ਜੇ ਸਾਡੇ ਦੁਆਰਾ ਦਿੱਤੀ ਜਾਣ ਕੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਆ ਕਰੋ ਕਿਉਂਕਿ ਇਸ ਨੂੰ ਖਬਰਾਂ ਨੂੰ ਬਣਾਉਣ ਦੇ ਲਈ ਬਹੁਤ ਮਿਹਨਤ ਲੱਗਦੀ ਹੈ ਤੇ ਗੱਲ ਕਰਦੇ ਹਾਂ ਜੀ ਪਹਿਲੀ ਖਬਰ ਦੀ ਕਿ ਵਿੱਤ ਮੰਤਰੀ ਦਾ ਆਰਥਿਕ ਪੈਕੇਜ ਆ ਕਰੋਨਾ ਪ੍ਰਭਾਵਿਤ ਖੇਤਰਾਂ ਲਈ ਕੀਤੇ ਅਹਿਮ ਐਲਾਨ कोरोना महामारी ਦੀ ਮਾਰ ਨਾਲ ਜੂਝ ਰਹੀ ਭਾਰਤ ਦੇ ਅਰਥ ਵਿਵਸਥਾ ਨੂੰ ਲੀਟ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਤਾਰਮਨ ਨੇ ਸੋਮਵਾਰ ਨੂੰ ਅਹਿਮ ਐਲਾਨ ਕੀਤਾ ਵਿੱਤ ਮੰਤਰੀ ਨੇ ਕੁੱਲ 628993 ਕਰੋੜ ਰੁਪਏ ਦੀ ਆਰਥਿਕ ਰਾਹਤ ਦਾ ਐਲਾਨ ਕਰ ਦਿੱਤਾ ਇਸ ਦੌਰਾਨ ਵਿੱਤ ਮੰਤਰੀ ਨੇ ਸੇਧ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਸਥਿਤੀ ਨੂੰ ਸੁਧਾਰਨ ਲਈ 1.1 ਲੱਖ ਕਰੋੜ ਦੀ ਲੋਨ ਗਾਰੰਟੀ ਦਾ ਐਲਾਨ ਕੀਤਾ ਹੈ ਨਕਦੀ ਦੇ ਸੰਕਟ ਨਾਲ ਜੂਝ ਰਹੇ ਦਰਮਿਆਨੇ ਉਦਯੋਗਾਂ ਲਈ ਐਮਰਜੈਂਸੀ ਕ੍ਰੈਡਿਟ ਲਾਈਨਾਂ ਗਰਾਂਟੇਡ ਸਕੀਮ ਜਿਹੜੀ ਲਾਗੂ ਕਰ ਦਿੱਤੀ ਗਈ ਜਿਸ ਦੇ ਤਹਿਤ ਦਿੱਤੇ ਜਾਣ ਵਾਲੇ ਪੈਸੇ ਨੂੰ 50% ਤੋਂ ਵਧਾ ਕੇ 4.5 ਲੱਖ ਕਰੋੜ ਰੁਪਏ ਘਾ ਦਿੱਤਾ ਗਿਆ ਤੇ ਆਰਥਿਕ ਪੈਕੇਜ ਬਾਰੇ ਜਾਣਕਾਰੀ ਦਿੰਦੇ ਵਿੱਤ ਮੰਤਰੀ ਨੇ ਕਿਹਾ ਕਿ ਇਸ ਵਿੱਚ ਆਰਥਿਕ ਰਾਹਤ ਪਹੁੰਚਾਉਣ ਦੇ 8 ਪਾਕੀਤੇ ਗਿਣੇ ਜਾਂ ਕੇ ਆਰਥਿਕ ਵਿਕਾਸ ਨੂੰ ਲੀਟ ਲਿਆਉਣ ਲਈ ਹੋਰ 8 ਫੈਸਲੇ ਲਏ ਗਏ ਨੇ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਤਾਰ ਕੇਂਦਰ ਸਰਕਾਰ ਨੇ ਪੀਐਫ ਨੂੰ ਲੈ ਕੇ ਦਿੱਤੀ ਵੱਡੀ ਰਾਹਤ ਆਰਥਿਕ ਨੂੰ ਆਰਥਿਕਤਾ ਨੂੰ ਮੋੜ ਲੈ ਤੇ ਲਿਆਉਣ ਦੇ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਸੋਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਆਰਥਿਕ ਰਾਹਤ ਦਾ ਐਲਾਨ ਕੀਤਾ ਹੈ ਉਨੇ ਕਿਹਾ ਕਿ ਆਤਮ ਨਿਰਭਰ ਭਾਰਤ ਪੈਕੇਜ 3.0 ਦੇ ਤਹਿਤ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਨੂੰ 31 ਮਾਰਚ 2022 ਤੱਕ ਵਧਾ ਦਿੱਤਾ ਗਿਆ ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਆ 1000 ਕਰਮਚਾਰੀਆਂ ਵਾਲੀਆਂ ਕੰਪਨੀਆਂ ਵਿੱਚ ਪੀਐਫ ਦੇ ਮਾਲਕ ਅਤੇ ਕਰਮਚਾਰੀ ਦੋਵਾਂ ਦਾ ਹਿੱਸਾ ਭਰੇਗੀ ਜਾਨਕਿ ਪੀਐਫ ਵਿੱਚ ਕਾਫੀ ਵਾਧਾ ਹੋਣ ਵਾਲਾ ਹੈ ਵਿਦਿਆਰਥੀ ਲਈ ਅਹਿਮ ਖਬਰ ਪੰਜਾਬ ਸਕੂਲ ਸਿੱਖਿਆ ਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਇਹ ਪੰਜਾਬ ਸਕੂਲ ਸਿੱਖਿਆ ਭਾਗ ਨੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਯੋਜਨਾ ਬੰਦੀ ਹੈ ਤੇ ਇਸ ਵਿੱਚ ਹੋ ਸੁਧਾਰ ਲਿਆਉਣ ਲਈ ਇੱਕ ਤੌਰ ਤੇ 2 ਜੁਲਾਈ 2021 ਨੂੰ ਸਾਰੇ ਕਾਲਜਾਂ ਵਿੱਚ ਮਾਪਿਆਂ ਅਧਿਆਪਕ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਭਾਗ ਦੇ ਕੋਈ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ SCERT ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਇਹਨਾਂ ਮੀਟਿੰਗਾਂ ਦੌਰਾਨ ਅਧਿਆਪਕਾਂ ਨੂੰ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਤੱਕ ਪਹੁੰਚ ਕਰ ਲੈ ਕੇ ਕਿਹਾ ਗਿਆ ਤਾਂ ਜੋ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਨੀ ਪੜ੍ਹਾਈ ਵਿੱਚ ਲਗਾਤਾਰ ਤਾਂ ਹੋਰ ਵੀ ਵਧੀਆ ਤਰੀਕੇ ਨਾਲ ਬਣਾਈ ਜਾ ਸਕੇ ਪਾਕ ਸਰਕਾਰ ਦੀ ਦਰਜਾਬੰਦੀ ਵਿੱਚ ਪੰਜਾਬ ਵੱਲ ਪਹਿਲਾ ਸਥਾਨ ਪ੍ਰਾਪਤ ਕਰਨ ਬਾਰੇ ਮੀਟਿੰਗਾਂ ਦੌਰਾਨ ਮਾਪਿਆਂ ਤੇ ਪਤਵੰਤੇ ਸੱਜਣਾਂ ਨੂੰ ਜਾਣੂ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਹੋਰ ਵਿਸ਼ਵਾਸ ਆ ਵੱਧ ਸਕੇ ਤੇ ਉਹ ਆਪਣੇ ਇਸ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਸਸਤਾ ਹੋ ਗਿਆ ਹੈ ਖਾਣਾ ਪਕਾਉਣ ਵਾਲਾ ਤੇਲ ਸਰੋਂ ਦੇ ਤੇਲ ਸਮੇਤ ਸਭ ਦੀਆਂ ਕੀਮਤਾਂ ਘਟੀਆਂ आम आदमी ਲਈ ਇੱਕਰ ਰਾਹਤ ਦੀ ਖਬਰ ਹੈ ਜੀ ਕਿ ਵਿਦੇਸ਼ੀ ਬਾਜ਼ਾਰਾਂ ਵਿੱਚ ਆਈ ਗਿਰਾਵਟ ਤੋਂ ਬਾਅਦ ਤੇਲ ਦੀਆਂ ਕੀਮਤਾਂ ਵੀ ਹੇਠਾਂ ਡਿੱਗੀਆਂ ਨੇ ਯਾਨੀ ਕਿ ਖਾਣਾ ਪਕਾਉਣ ਵਾਲਾ ਤੇਲ ਆ ਪਹਿਲਾਂ ਨਾਲੋਂ ਸਸਤਾ ਹੋ ਗਿਆ ਪਿਛਲੇ ਹਫ਼ਤੇ ਦਿੱਲੀ ਦੇ ਤੇਲ ਬੀਜ ਬਾਜ਼ਾਰ ਵਿੱਚ ਸੋਇਆਬੀਨ, ਮੂੰਗਫਲੀ, ਕਪਾਹ ਬੀਜ ਅਤੇ ਪਾਮ ਅਮੋਲਿਨ, ਕਾਂਦਲਾ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਸਰੋਂ ਦੇ ਤੇਲ ਆ ਤੇਲ ਬੀਜਾਂ ਅਤੇ ਸੋਇਆਬੀਨ ਦੇ ਅੰਦਾਜ਼ ਦੀਆਂ ਕੀਮਤਾਂ ਅਤੇ ODC ਦੀ ਨਿਰਯਾਤ ਮੰਗ ਵਿੱਚ ਵਾਧਾ ਹੋਣ ਕਾਰਨ ਦਿਲ ਕਲੋਜ਼ਡ ਦਿਖਾਈ ਦਿੱਤੀ ਹੈ ਤੇ ਬਾਜ਼ਾਰ ਤੇ ਜਾਨੂ ਸੂਤਰਾਂ ਨੇ ਦੱਸਿਆ ਕਿ ਮਾਤ ਪ੍ਰਾਤ ਤੇ ਮਈ ਦੌਰਾਨ ਆਯਾਤ ਕੀਤੇ ਤੇਲਾਂ ਦੀ ਤੁਲਨਾ ਵਿੱਚ ਸਰੋਂ ਦੀ ਖਪਤ ਵਧੀ ਹੈ ਇਸ ਦੇ ਤਹਿਤ ਕਾਰ ਇਸ ਦੇ ਤੱਥ ਦੇ ਕਾਰਨ ਇਹ ਦਰਾਂਜ ਕੀਤੇ ਤੇਲਾਂ ਨਾਲੋਂ ਸਸਤਾ ਤੇ ਸਰੋਂ ਤੋਂ ਸੁੱਕਾ ਬਣਾਉਣ ਦੇ ਕਾਰਨ ਸਰੋਂ ਦੀ ਘਾਟ ਵੀ ਸੀ ਅਤੇ ਫੂਡ ਰੈਗੂਲੇਟਰ ਅਤੇ ਐਫਸੀਆਈ ਦੁਆਰਾ 8 ਜੂਨ ਤੋਂ ਕਿਸੇ ਹੋਰ ਸਰੋਂ ਦੇ ਤੇਲ ਵਿੱਚ ਮਿਲਾਵਟ ਕਰਨ ਦੀ ਪਾਬੰਦੀ ਨੇ ਵਿਕਾਫਤਕਾਰਾਂ ਵਿੱਚ ਸਰੋਂ ਦੇ ਤੇਲ ਦੀ ਮੰਗ ਨੂੰ ਵਧਾ ਦਿੱਤਾ ਹੈ ਜਾਣੋ ਦੇਸ਼ ਵਿੱਚ ਅਗਲੇ 5 ਦਿਨ ਕਿਵੇਂ ਦਾ ਰਹੇਗਾ ਮੌਸਮ ਪੰਜਾਬ 'ਚ ਮਾਨਸੂਨ ਕਦੋਂ ਦੇਵੇਗੀ ਦਸਤਕਤ ਆ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਦਸਤਕ ਦੇ ਚੁੱਕੇ ਐ ਤੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਦੇ ਹੋਏ ਆਗਾਮੀ 5 ਦਿਨਾਂ 'ਚ ਕਈ ਸੂਬਿਆਂ 'ਚ بارش ਅਲਰਟ ਜਾਰੀ ਕੀਤਾ ਹੈ ਨਾਲ ਹੀ ਦਿੱਲੀ ਤੇ ਐਨਸੀਆਰ ਉੱਤਰ ਪ੍ਰਦੇਸ਼ ਹਰਿਆਣਾ ਸਮੇਤ ਕਈ ਸੂਬਿਆਂ 'ਚ ਮਾਨਸੂਨ ਦੇ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਜਾਨਕੀ ਆਈਐਮਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ 5 ਤੋਂ 6 ਦਿਨਾਂ ਵਿੱਚ ਦਿੱਲੀ 'ਚ ਮਾਨਸੂਨ दस्तक ਦੇ ਸਕਦਾ ਹੈ ਤੇ ਮੌਸਮ ਸੁਹਾਵਣਾ ਹੋ ਜਾਵੇਗਾ ਤੇ ਕਾਬਲੇ ਗੌਰੇ ਕਹਿੰਦੇ ਇਸ ਤੋਂ ਪਹਿਲਾਂ ਮੌਸਮ ਭਗਨੇ ਕਿਹਾ ਸੀ ਕਿ 27 ਜੂਨ ਨੂੰ ਦਿੱਲੀ 'ਚ ਮਾਨਸੂਨ ਪ੍ਰਵੇਸ਼ ਕਰ ਸਕਦਾ ਹੈ ਕਿ ਮਾਨਸੂਨੀ ਹਵਾਵਾਂ ਦੀ ਸਥਿਰ ਰਫਤਾਰ ਕਾਰਨ ਦਿੱਲੀ 'ਚ ਮਾਨਸੂਨ ਦੇਰੀ ਨਾਲ ਪਹੁੰਚੇਗਾ ਮੌਸਮ ਵਿਭਾਗ ਆਈਐਮਡੀ ਨੇ ਕਿਹਾ ਹੈ ਕਿ ਰਾਜਸਥਾਨ ਪੰਜਾਬ ਦਿੱਲੀ ਆਦਿ ਸੂਬਿਆਂ 'ਚ ਅਗਲੇ 5 ਤੋਂ 7 ਦਿਨ ਬਾਰਸ਼ ਹੋਣ ਦੀ ਸੰਭਾਵਨਾ ਨਹੀਂ ਹੈ ਫਿਲਹਾਲ। ਬਾਰਿਸ਼ ਲਈ ਇੱਕ ਹਫ਼ਤੇ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਤੇ ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣੀ ਪੱਛਮੀ ਮੌਨਸੂਨ ਦਾ ਬਾਰਮੇਰ, ਭੀਲਵੜਾ, ਧੌਲਪੁਰ, ਅਲੀਗੜ੍ਹ, ਮੇਰਠ, ਅੰਬਾਲਾ ਤੇ ਅੰਮ੍ਰਿਤਸਰ ਤੋਂ ਗੁਜ਼ਰਨਾ ਜਾਰੀ ਹੈ। ਕੇਜਰੀਵਾਲ ਦਾ ਵੱਡਾ ਐਲਾਨ ਪੰਜਾਬ ਦੀ ਸਰਕਾਰ ਵੱਲੋਂ ਤੇ ਆਮ ਆਦਮੀ ਪਾਰਟੀ ਦੇਵੇਗੀ ਮੁਫਤ ਬਿਜਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਅਕੱਲ ਇੱਕ ਵੱਡਾ ਐਲਾਨ ਕਰ ਦਿੱਤਾ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਤੀ ਹੋ ਪੰਜਾਬ ਨੂੰ ਮੁਫਤ ਬਿਜਲੀ ਦੇਣ ਦੀ ਗੱਲ ਆਖੀ ਹੈ ਤੇ ਪੰਜਾਬ ਵਿੱਚ ਕੀਤੇ ਟਵੀਟ ਆ ਪੰਜਾਬੀ ਵਿੱਚ ਕੀਤੇ ਟਵੀਟ ਵਿੱਚ ਕੇਜਰੀ ਵਾਲੇ ਕਿਹਾ ਕਿ ਇੰਨੀ ਮਹਿੰਗਾਈ ਵਿੱਚ ਇੱਕ ਮਹਿਲਾ ਲਈ ਆਪਣਾ ਕਾਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਜੂਨਟ ਮੁਫਤ ਬਿੱਲ ਦਿੰਦੇ ਹਾਂ ਮਹਿਲਾਵਾਂ ਬਹੁਤ ਖੁਸ਼ ਨੇ ਪੰਜਾਬ ਦੀਆਂ ਮਹਿਲਾਵਾਂ ਵੀ ਬਹੁਤ ਦੁਖੀ ਨੇ ਪੰਜਾਬ ਵਿੱਚ ਵੀ ਆਪ ਦੀ ਸਰਕਾਰ ਮੁਫਤ ਬਿੱਲ ਦੇਵੇਗੀ ਤੇ ਕੱਲ ਚੰਡੀਗੜ੍ਹ ਵਿਖੇ ਮਿਲਦੇ ਆ ਪਾਰਲੇ ਝੜਕਾ ਕੋਵਿਡ ਸ਼ੀਲਡ ਲਵਾਉਣ ਵਾਲਿਆਂ ਨੂੰ EU ਨਹੀਂ ਦੇਵੇਗਾ ਵੈਕਸੀਨ ਪਾਸਪੋਰਟ ਜੀਹਾਂ ਦੋਸਤੋ ਕਰੋਨਾ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਕਾਫੀ ਕਹਿਰ ਮਚਾਇਆ ਹੋਇਆ ਹੈ ਪਰ ਹੁਣ ਇੱਕ ਵਾਰ ਫਿਰ ਇਨਫੈਕਸ਼ਨ ਦੇ ਮਾਮਲੇ ਵਿੱਚ ਕਮੀ ਆਉਣ ਲੱਗੀ ਹੈ ਤੇ ਲੋਕ ਬਲਦੇਸ਼ਾਂ 'ਚ ਘੁੰਮਣ ਵੀ ਲੱਗੇ ਨੇ ਅਜਿਹੇ ਚ ਹਾਲਾਤ ਨੂੰ ਦੇਖਦੇ ਹੁਣ ਵਿਦੇਸ਼ ਵਿੱਚ ਟਰੈਵਲ ਕਰਨਦਣ ਆਪਣਾ ਵੈਕਸੀਨ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਕਰੋਨਾ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੋਵਿਡ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਕਰੋਨਾ ਤੋਂ ਜਲਦ ਤੋਂ ਜਲਦ ਨਿਰਦੇਠਿਆ ਜਾ ਸਕੇ ਦੇਸ਼ ਵਿੱਚ ਫਿਲਹਾਲ ਜ਼ਿਆਦਾਤਰ ਲੋਕਾਂ ਨੂੰ ਕੋਵਿਡ ਸ਼ੀਲਡ ਵੈਕਸੀਨ ਦਿੱਤੀ ਜਾ ਰਹੀ ਹੈ ਪਰ ਇਸ ਨਾਲ ਜੁੜੀ ਇੱਕ ਖਬਰ ਨੇ ਵਿਦੇਸ਼ ਜਾਣ ਦੀ ਤਿਆਰੀ ਕਰਨ ਵਾਲੇ ਯਾਤਰੀਆਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਦਰਸਲ ਕੋਵਿਡ ਸ਼ੀਲਡ ਨੂੰ ਅਜੇ ਤੱਕ ਕਈ ਦੇਸ਼ਾਂ ਨੇ ਆਪਣੇ ਇੱਥੇ ਮਾਨਤਾ ਨਹੀਂ ਦਿੱਤੀ ਹੈ ਦੇ ਉੱਥੇ ਕੋਵਿਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਯੂਰਪੀਅਨ ਸੰਘ ਦੇ ਦੇਸ਼ ਆਪਣੇ ਇੱਥੇ ਆਉਣ ਦੀ ਇਜਾਜ਼ਤ ਨਹੀਂ ਦੇਣਗੇ ਬੀਲੀ ਮਲਾਰਮਾ ਨੂੰ ਜੁਲਾਈ ਦੀ ਤਨਖਾਹ ਵਧੀ ਹੋਈ ਮਿਲੇਗੀ ਵੇ ਨੂੰ ਪ੍ਰਸ਼ਾਦ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਆਧਾਰਤ ਬਣੇ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਦੀ ਕੱਲ ਇਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੈਨੇਜਮੈਂਟ ਨਾਲ ਰਹਿੰਦਿਆਂ ਮੰਗਾਂ ਤੇ ਮੋੜ ਮੀਟਿੰਗ ਹੋਈ ਮੀਟਿੰਗ ਦੀ ਪ੍ਰਧਾਨਗੀ ਏ ਬੇਨੂ ਪ੍ਰਸ਼ਾਦ ਆਈਏਐਸ ਚੇਅਰਮੈਨ ਸਾਹਿਬ ਕਾ ਸਟੇਟ ਪਾਵਰ ਕਾਰਪੋਰੇਸ਼ਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਬਿਜਲੀ ਮੁਲਾਜ਼ਮੇ ਏਕਤਾ ਮੰਚ ਦੇ ਕਨਵੀਨਰ ਹਰਪ੍ਰਿੰਤ ਸਿੰਘ ਪਿੰਲਖਣੀਆਂ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਬਿਜਲੀ ਨਿਗਮ ਦੇ ਚੇਅਰਮੈਨ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਵਧੀ ਹੋਈ ਜੁਲਾਈ ਮਹੀਨੇ ਦੀ ਤਨਖਾਹ ਨਾਲ ਮਿਲੇਗੀ ਤੇ ਇਸ ਦੇ ਨਾਲ ਨਾਲ ਤਨਖਾਹ ਸੁਰੱਖਿਟੀ ਕਮੇਟੀ ਦਾ ਗਠਨ ਕਰਕੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਲੋਕ ਅਦਾਲਤ ਖੁੱਲਣ ਨਾਲ ਸੰਬੰਧ ਕੇਸਾਂ ਦੀ ਹੋਵੇਗੀ ਸੁਣਵਾਈ 1 ਜੁਲਾਈ ਨੂੰ ਸ਼ੁਰੂ ਹੋਵੇਗੀ ਜ਼ਿਲ੍ਹਾ ਅਦਾਲਤ ਸ਼ਹਿਰ ਵਾਸੀਆਂ ਦੀਆਂ ਸਹੂਲਤਾਂ ਵਾਸਤੇ ਪਿਛਲੇ ਮਹੀਨੇ ਤੇ ਸੈਕਟਰ 9 ਅਤੇ ਸੈਕਟਰ 43 ਸੇ ਤੇ ਜ਼ਿਲ੍ਹਾ ਅਦਾਲਤ ਦਾ ਪਰਮਾਨੈਂਟ ਲੋਕ ਅਦਾਲਤ ਨੂੰ ਸ਼ਿਫਟ ਕੀਤਾ ਗਿਆ ਸੀ ਅਜੇ ਫਿਲਹਾਲ ਕਰਮੀਆਂ ਦੀਆਂ ਛੁੱਟੀਆਂ ਕਾਰਨ ਕੋਰਟ ਜਿਹੜਾ ਬੰਦ ਹੈ ਇਸ ਕਾਰਨ ਲੋਕਾਂ ਅਦਾਲਤ ਲੋਕ ਅਦਾਲਤ ਨਹੀਂ ਲੱਗ ਰਹੀ ਹੈ ਤੇ ਲੋਕ ਅਦਾਲਤ ਚ ਕਾਫੀ ਕੇਸ ਕਈ ਸਾਲ ਤੋਂ ਲੰਬੇ ਤੇ ਪੈ ਨਹੀਂ ਕਿਉਂਕਿ ਸੈਕਟਰ 9 ਵਿੱਚ ਬਹੁਤ ਹੀ ਘੱਟ ਲੋਕ ਅਦਾਲਤ ਲੱਗਣ ਤੇ ਪੰਜ ਜਨ 1 ਜੁਲਾਈ ਤੋਂ ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਕੇ ਕੋਰਟ ਚ ਫਿਰ ਤੋਂ ਸੁਚਾਰੂ ਰੂਪ ਨਾਲ ਸੁਰਵਾਈ ਸ਼ੁਰੂ ਹੋ ਰਹੀ ਹੈ ਤੇ ਜਿਹੇ ਚ ਲੋਕ ਅਦਾਲਤ ਚੋਂ ਲੰਬੇ ਸਮੇਂ ਤੋਂ ਕੇਸ ਲੰਬੇ ਤੇ ਪੈ ਨਹੀਂ ਉਹਨਾਂ ਦੀ ਸੁਣਵਾਈ ਸਭ ਤੋਂ ਪਹਿਲਾਂ ਹੋਵਗੀ ਹਾਲਾਂਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਲੋਕ ਅਦਾਲਤ ਵਿੱਚ 2017 ਤੇ 2018 ਦੇ ਕਰੀਬ 625 ਕੇਸ ਨਿਪਟਾਏ ਗਏ ਸਨ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪੰਨਬਾਸ ਵਿੱਚ ਹਜ਼ਾਰਾਂ ਕਾਮੇ ਹੜਤਾਲ ਤੇ ਸੈਂਕੜੇ ਬੱਸਾਂ ਦੇ ਪਈ ਹੈ ਰੋਕੇ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪੰਨਬਾਸ ਵਿੱਚ ਕੰਮ ਕਰਦੇ ਹਜ਼ਾਰਾਂ ਕੱਚੇ ਕਾਮਿਆਂ ਵੱਲੋਂ ਆਪਣੀ ਤੰਰੋਜਾ ਹੜਤਾਲ ਹੈ ਅੱਜ ਸਵੇਰੇ 4 ਵਜੇ ਤੋਂ ਬਾਅਦ ਸ਼ੁਰੂ ਕਰ ਦਿੱਤੀ ਗਈ ਹੜਤਾਲ ਕਾਰਨ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪਰਨ ਬੱਸ ਅੰਦਰ ਸੈਂਕੜੇ ਬੱਸਾਂ ਦੇ ਪਈਏ ਜਾਮ ਰਹੇ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਨੂੰ ਅੱਜ ਕਾਫੀ ਸਵੇਰ ਬਾਅਦ ਹੁਲਾਰਾ ਮਿਲਿਆ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ ਇਧਰ ਪਟਿਆਲਾ ਬੱਸ ਸਟੈਂਡ ਤੇ ਕੱਚੇ ਕਾਮਿਆਂ ਵੱਲ ਸਵੇਰ ਤੋਂ ਹੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਿਕਤਰ ਕੀਤੀ ਜਾਣਕਾਰੀ ਮੁਤਾਬਕ ਕੱਚੇ ਤੇ ਕੱਚੇ ਕਾਮਿਆਂ ਵੱਲੋਂ ਪੰਜਾਬ ਪਹਾੜ ਦੇ 15 ਆਪਣੇ ਦੇਸ਼ ਪ੍ਰਦਰਸ਼ਨ ਕੀਤੇ ਗਏ ਨੇ ਤੇ ਪੀਆਰਟੀਸੀ ਦੇ 9 ਡੀਪੋ ਜੜ ਕੇ ਪੰਜਾਬ ਰੋਡਵੇਜ ਦੇ ਪੰਜਾਬ ਰੋਡਵੇਜ ਤੇ 5 ਬਸ ਦੇ 18 ਡੀਪੋ ਦੇ ਸਰਕਾਰ ਅਤੇ ਧਾਰਾ ਬਰਦ ਹੜਤਾਲ ਰਹੀ ਤੇ ਪੰਜਾਬ ਰੋਡਵੇਜ ਤੇ 5 ਬਸ ਤੱਕ ਕੱਚੇ ਕਾਮਿਆਂ ਵੱਲੋਂ ਲਗਭਗ ਮੁਕੰਮਲ ਹੜਤਾਲ ਦਾ ਦਾਵਾ ਕੀਤਾ ਗਿਆ ਦੇ ਸਾਰੀਆਂ ਬਸਾਂ ਦੇ ਪਈਏ ਠੱਪ ਰਹੇ ਲਾਲ ਕਿਲਾ ਹਿੰਸਕ 1 ਲੱਖ ਦੇ ਨਾਮਿਕ ਗਜੋਤ ਸਿੰਘ ਅੰਮ੍ਰਿਤਸਰ ਤੋਂ ਗ੍ਰਿਫਤਾਰ ਦਿੱਲੀ ਪੁਲਿਸ ਨੇ ਕੀਤੀ ਕਾਰਵਾਈ ਗਨਤਾਤਾ ਦਿਵਸ ਮੌਕੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਦੋਸ਼ੀ ਗੁਰਜੋਤ ਸਿੰਘ ਨੂੰ ਸੋਮਵਾਰ ਸਵੇਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਤੇ ਗੁਰਜੋਤ ਦੇ ਸਿਰ ਤੇ 1 ਲੱਖ ਰੁਪਏ ਦਾ ਇਨਾਮ ਲਾਣਾ ਗਿਆ ਸੀ ਤਾਂ ਇੱਕ ਵਿਅਕਤੀ ਗੁਰਜੋਤ ਸਿੰਘ ਜਿਹੜਾ ਕਿ ਐਫ ਆਈ ਆਰ ਨੰਬਰ 96/21 ਵਿੱਚ ਲੋੜਦਾ ਸੀ ਅਤੇ ਉਸ ਦੀ ਗ੍ਰਿਫਤਾਰੀ ਉਤੇ 1 ਲੱਖ ਰੁਪਏ ਦਾ ਇਨਾਮ ਕושਿਸ਼ ਕੀਤਾ ਗਿਆ ਸੀ ਤੇ ਵਿਸ਼ੇਸ਼ ਸੈੱਲ ਦੀ ਉੱਤਰੀ ਖੇਤਰ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਤੇ ਅੰਮ੍ਰਿਤਸਰ ਤੋਂ ਪੁਲਿਸ ਨੇ ਕਿਹਾ ਕਿ ਅਪਰਾਧ ਸ਼ਾਖਾ ਵਿਸ਼ੇਸ਼ ਸੈੱਲ ਅਤੇ ਸਥਾਨਕ ਪੁਲਿਸ ਕੋਲ ਕੌਲੇ 43 ਵਾਕ ਉਹ ਕੇਸ ਦਰਜ ਕੀਤੇ ਗਏ ਤੇ ਗਨਤੰਤਰ ਦੇਸ਼ ਦੀ ਹਿੰਸਾ ਨਾਲ ਜੁੜੇ ਵਾਕ ਉਹ ਕਾਮਿਆਂ ਦੇ ਸਬੰਧ ਵਿੱਚ 150 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਰੋਨਾ ਕਾਲ ਵਿੱਚ ਅਮਰੀਕਾ ਨੇ ਕੁਵੈਤ ਤੋਂ ਰਿਪੋਰਟ ਕੀਤੀ 4000 ਭਾਰਤੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਵਿਡ ਸੈਲਿਕਾਈ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਤੇ ਕੁਵੈਤ ਨੇ ਨਜਾਇਜ਼ ਟੰਗ ਨਾਲ ਰਹਿਣ ਕਾਰਨ ਪਿਛਲੇ 1 ਸਾਲ ਦੌਰਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਨੂੰ कोरोना दे चलदा स्पेशल उडाना राही रिपोर्ट कर दते ते ਇਕੱਲੇ ਅਮਰੀਕਾ ਤੇ ਕੁਵੈਤ ਨੇ 4000 ਭਾਰਤੀ ਨੂੰ ਵਾਪਸ ਭੇਜੇ ਤੇ ਕੁਝ ਭਾਰਤੀ ਐਮਨੈਸਟੀ ਉਡਾਨਾਂ ਰਾਹੀਂ ਵੀ ਵਤਨ ਪਰਤੇ ਤੇ ਵਿਦੇਸ਼ ਮੰਤਰਾਲੇ ਦੁਆਰਾ ਤਿਆਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਬੰਦੇ ਭਾਰਤ ਮਿਸ਼ਨ ਤਹਿਤ ਪਿਛਲੇ ਸਾਲ 7 ਮਹੀਨੇ ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ ਪੰਜਾਬ ਵਿੱਚ ਕੋਰੋਨਾ ਵਜh ਦੇ 271 ਨਵੇਂ ਮਾਮਲੇ ਆਏ ਸਾਹਮਣੇ ਇਨਾਂ ਮਰੀਜ਼ਾਂ ਦੀ ਹੋਈ ਮੌਤ ਆਈਰੀ ਲਾਸਟ ਖਬਰਾਂ ਜੀ ਕਿ ਸੂਬੇ ਵਿੱਚ ਕਰੋਨਾ ਵਾਇਰਸ ਦੀ ਰਫ਼ਤਾਰ ਲਗਾਤਾਰ ਮੱਠੀ ਪੈਂਦੀ ਜਾ ਰਹੀ ਹੈ ਤੇ ਬੀਤੇ 24 ਘੰਟਿਆਂ ਦੇ ਦੌਰਾਨ ਸੂਬੇ ਵਿੱਚ 271 ਮੇਜਰ ਦੀ ਰਿਪੋਰਟ ਪੋਜ਼ਿਟਿਵ ਮਿਲੀ ਹੈ ਤੇ ਇਸ ਦੇ ਸਮੇਂ ਦੌਰਾਨ 18 ਮੇਜਰ ਨੇ ਆਪਣੀ ਜਾਨ ਗੁਆ ਲਈ ਹੈ ਇਸ ਦੌਰਾਨ 614 ਮਰੀਜ਼ ਕਰੋਨਾ ਵਾਇਰਸ ਨੂੰ ਮਾਰ ਦੇ ਕੇ ਆਪਣੇ ਘਰਾਂ ਨੂੰ ਪਹੁੰਚ ਚੁੱਕੇ ਨੇ ਜਿਸ ਨਾਲ ਸੂਬੇ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3639 ਹੋ ਗਈ ਹੈ ਤੇ ਕਰੋਨਾ ਵਾਇਰਸ ਦੀ ਅੱਜ ਦੀ ਪੋਜ਼ਿਟਿਵ ਦਰ 0.7% ਰਹੀ ਹੈ ਦੱਸਣ ਜੋਗੇ ਕਿ ਪਿਛਲੇ ਦਿਨ ਪੰਜਾਬ ਵਿੱਚ ਕਰੋਨਾ ਵਾਇਰਸ ਦੇ 298 ਮ੍ਰਿਤਕ ਸਾਹਮਣੇ ਆਏ ਸਨ ਅਤੇ 11 ਮੇਜਾਂ ਨੇ ਆਪਣੀ ਜਾਨ ਗੁਆ ਲਈ ਸੀ ਤਾਂ ਦੋਸਤੋ ਇਸ ਦੀਆਂ ਆਪਣੀਆਂ ਅੱਜ ਦੇਣ ਪਰਦੀਆਂ ਵੱਡੀਆਂ ਖਬਰਾਂ ਸਾਡੇ ਤੋਂ ਜਾਣ ਕੇ ਤੁਹਾਨੂੰ ਕਿੰਦਾ ਨਹੀਂ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ